कल डॉक्टर धर्मवीर अग्निहोत्री, श्री रमनदीप सिंह सिक्की और श्री सुखपाल सिंह भुल्लर ने वीडियो कॉन्फ्रेंस के माध्यम से माननीय मुख्यमंत्री कैप्टन अमरिंदर सिंह के साथ बात की। बहुत प्रभावशाली तरीके से बोलते हुए डॉक्टर धर्मवीर अग्निहोत्री ने मुख्यमंत्री को सूचित किया कि कोविड-19 के मद्देनजर तरनतारन के सिविल और पुलिस प्रशासन के प्रयासों के कारण तरनतारन जिला ग्रीन जोन में चल रहा था, लेकिन स्थिति तब बिगड़ी जब हजूर साहिब से लौटने वाले 8 व्यक्तियों की रिपोर्ट पॉजिटिव आई, जबकि जिले से संबंधित 176 व्यक्तियों को विभिन्न स्थानों पर स्वास्थ्य विभाग द्वारा एकांत में रखा गया है। उन्होंने कहा कि अगर महाराष्ट्र सरकार इन तीर्थयात्रियों को वापस भेजते वक्त इनका टेस्ट करवाती तो शायद हमारे जिले में एक भी केस ना होता। उन्होंने मांग की कि भविष्य में पंजाब लौटने वाले सभी व्यक्तियों का संबंधित सरकारों द्वारा पूरी तरह से परीक्षण किया जाना चाहिए। डॉक्टर अग्निहोत्री ने मुख्यमंत्री से मांग की कि यद्यपि सांसद श्री जसवीर सिंह डिम्पा ने सरकारी अस्पताल में एक वेंटिलेटर मशीन भेजी है, लेकिन मशीन बेकार है क्योंकि मशीन को संचालित करने के लिए कोई भी डॉक्टर नहीं है। उन्होंने 4 वेंटिलेटर मशीन और एक अनुभवी डॉक्टर की मांग की है। अंत में किसानों का मुद्दा उठाते हुए डॉक्टर अग्निहोत्री ने मुख्यमंत्री से पुरजोर मांग की है कि मार्केट कमेटी के सचिव को किसानों को पास देने का अधिकार दिया जाए। शहरवासियों ने डॉक्टर अग्निहोत्री का धन्यवाद किया और कहा कि उन्होंने इस मुश्किल घड़ी में पूरे जिले को आ रही दिक्कतों के बारे में मुख्यमंत्री को अवगत करवाया। देखिए तरनतारन से पलविंदर लक्की के साथ अमनदीप सन्नी और साहिब सिंह की रिपोर्ट। ਕੈਪਟਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਤੁਸੀਂ ਵੀਡੀਓ ਕਾਨਫਰੰਸ ਰਾਹੀਂ ਸਾਡੀਆਂ ਮੁਸ਼ਕਲਾਂ ਸੁਣਨ ਦਾ ਸਾਨੂੰ ਮੌਕਾ ਦਿੱਤਾ ਜੀ। ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਜ਼ਿਲ੍ਹਾ ਸੀ ਤਰਨ ਤਾਰਨ ਜੀ, ਸਾਡੀ ਸਿਵਲ ਐਡਮਿਨਿਸਟ੍ਰੇਸ਼ਨ ਅਤੇ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਬਹੁਤ ਵਧੀਆ ਕੰਮ ਕੀਤਾ ਜੀ। ਇੱਕ ਵੀ ਕੇਸ ਜਿਹੜਾ ਸੀ ਉਹ ਸਾਡਾ ਨਹੀਂ ਸੀ ਆਇਆ ਜੀ ਕੋਵਿਡ-19 ਦਾ ਪ੍ਰੈਜੈਂਟ, ਕਿਉਂਕਿ ਪਬਲਿਕ ਨੇ ਬੜੀ ਸਪੋਰਟ ਕੀਤੀ ਔਰ ਅਸੀਂ ਗ੍ਰੀਨ ਜੋਨ ਸਨ ਤਿਕਾਲ ਦੇ ਵਿੱਚ। ਜਿਹੜੇ ਹਜ਼ੂਰ ਸਾਹਿਬ ਤੋਂ ਕੇਸ ਆਏ ਆ ਨੇ ਜੀ, ਉਹਨਾਂ ਕਰਕੇ ਸਾਡਾ ਜਿਹੜਾ ਜ਼ਿਲ੍ਹਾ ਵਾ ਇਸ ਵੇਲੇ ਕਾਫੀ ਜਿਹੜੀ ਗਿਣਤੀ ਵੱਧ ਗਈ ਆ। ਮੇਰੀ ਇੱਕ ਬੇਨਤੀ ਸੀ ਜੀ, ਜੇ ਹਜ਼ੂਰ ਸਾਹਿਬ ਤੋਂ ਜਦੋਂ ਬੰਦੇ ਚੱਲਣ ਲੱਗੇ ਸੀ, ਜੇ ਉਹਨਾਂ ਦੀ ਸਰਕਾਰ ਉਹਦਾ ਟੈਸਟ ਕਰਾ ਕੇ ਭੇਜਦੀ ਜੀ ਕਿ ਜਿਹੜਾ ਕਿ ਪੋਜ਼ੀਟਿਵ ਸੀ ਬੰਦਾ ਉਹਨੂੰ ਉੱਥੇ ਰੱਖਿਆ ਜਾਂਦਾ ਤਾਂ ਉੱਥੇ ਉਹਦਾ ਇਲਾਜ ਕੀਤਾ ਜਾਂਦਾ ਅਤੇ ਸਾਡਾ ਜ਼ਿਲ੍ਹਾ ਬਚ ਜਾਣਾ ਸੀ। ਔਰ ਇਹਦੇ ਨਾਲ ਮੇਰੀ ਬੇਨਤੀ ਕਿ ਜਿਹੜੇ ਕਿ ਹੋਰ ਵੀ ਬੰਦੇ ਆਉਣੇ ਜੀ, ਉਹ ਸੰਬੰਧਿਤ ਸਟੇਟਸ ਨੂੰ ਜਿਹੜੀ ਹੈਗੀ ਉੱਥੇ ਉਹਦੇ ਟੈਸਟ ਕੀਤੇ ਜਾਣ, ਜਿਹੜੇ ਨੈਗੇਟਿਵ ਨੇ ਉਹਨਾਂ ਨੂੰ ਭੇਜੇ ਜਾਣ, ਜਿਹੜੇ ਪੋਜ਼ੀਟਿਵ ਪੇਸ਼ੈਂਟ ਆ ਜੀ। ਜਦੋਂ ਬੱਸ ਆਉਣੀਆਂ ਜੀ, ਇੱਕ ਵੀ ਪੋਜ਼ੀਟਿਵ ਪੇਸ਼ੈਂਟ ਨੇ ਉਹ 35 ਦੇ ਜਿਹੜੀ 40 ਜਿਹੜੇ ਪੈਸੰਜਰ ਹੁੰਦੇ ਨੇ ਉਹਨਾਂ ਨੂੰ ਪੋਜ਼ੀਟਿਵ ਕਰ ਦੇਣਾ ਜੀ। ਇਹ ਲਈ ਮੇਰੀ ਬੇਨਤੀ ਕਿ ਉਹੋ ਜਿਹਾ ਪ੍ਰਬੰਧ ਕੀਤਾ ਜਾਵੇ ਔਰ ਜਦੋਂ ਇੱਥੇ ਆ ਜਾਂਦੇ ਜੀ ਉਹਨਾਂ ਨੂੰ ਘਰ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਜਿਹੜਾ ਕੁਆਰੰਟਾਈਨ ਆ ਉਹ ਸਾਡੇ ਡਿਸਟ੍ਰਿਕਟ ਨੇ ਬੜਾ ਸੋਹਣਾ ਪ੍ਰਬੰਧ ਕੀਤਾ, ਉਹਨਾਂ ਨੂੰ 14 ਦਿਨ ਦੇ ਵਿੱਚ ਉੱਥੇ ਰੱਖਿਆ ਜਾਵੇ ਤਾਂ ਜੋ ਕਿ ਪਹਿਲੇ ਜਿਹੜੇ 48 ਘੰਟੇ ਬਾਅਦ ਰਿਪੋਰਟ ਆਉਣੇ 'ਚ ਕਈ ਦਫ਼ਾ 8 ਜਾਂ 10 ਦਿਨ ਬਾਅਦ ਵੀ ਉਹ ਕੇਸ ਪੋਜ਼ੀਟਿਵ ਆ ਜਾਂਦੇ ਆ। ਸੈਕਿੰਡ ਮੇਰੀ ਇਹ ਬੇਨਤੀ ਹੈ, ਜਿਸ ਤਰ੍ਹਾਂ ਕਿ ਕੇਸ ਹੀ ਹੋਇਆ ਜੀ ਸੁਰ ਸਿੰਘ ਦੇ ਵਿੱਚ, ਪੇਸ਼ੈਂਟ ਦਾਖਲ ਸੀ ਜੀ, ਉਹ ਲੇਡੀ ਜੇ ਕਈ ਦਫ਼ਾ 8 ਜਾਂ 10 ਦਿਨ ਬਾਅਦ ਵੀ ਉਹ ਕੇਸ ਪੋਜ਼ੀਟਿਵ ਆ ਜਾਂਦੇ ਆ। ਸੈਕਿੰਡ ਮੇਰੀ ਇਹ ਬੇਨਤੀ ਹੈ, ਜਿਸ ਤਰ੍ਹਾਂ ਕਿ ਕੇਸ ਹੀ ਹੋਇਆ ਜੀ ਸੁਰ ਸਿੰਘ ਦੇ ਵਿੱਚ, ਪੇਸ਼ੈਂਟ ਦਾਖਲ ਸੀ ਜੀ, ਉਹ ਲੇਡੀ ਜਿਹੜੀ ਪ੍ਰੈਗਨੈਂਟ ਸੀ ਜੀ, ਜਿਹਦੀ ਡਿਲੀਵਰੀ ਸੁਰ ਸਿੰਘ ਹੋਈ ਹੈ ਜੀ, ਉਹ ਐਂਬੂਲੈਂਸ ਵਾਲੇ ਲੈ ਕੇ ਆਏ ਜੀ, 108 ਐਂਬੂਲੈਂਸ ਵਾਲੇ। ਉਹਨਾਂ ਕੋਲ ਕੋਈ ਵੀ ਪੀਪੀ ਕਿਟਸ ਨਹੀਂ ਹੈਗੀਆਂ ਜੀ, ਕੋਈ ਉਹਨਾਂ ਕੋਲ ਹੋਰ ਨਹੀਂ ਸੀ ਸਮਾਨ, ਔਰ ਹੋ ਸਕਦਾ ਉਹ ਵੀ ਵਿੱਚ ਇਨਵੋਲਵ ਹੋ ਗਿਆ। ਉਹਦੀ ਕੋਈ ਲਿਸਟ ਮੇਰੇ ਕੋਲ ਬਣੀ ਹੈ, ਅੱਜ ਮੈਨੂੰ ਮਿਲ ਕੇ ਗਏ ਨੇ ਜੀ 108 ਵਾਲੇ, ਤਕਰੀਬਨ ਜਿਹੜੇ 8 ਤੋਂ 10 ਆਦਮੀ ਨੇ ਜੀ, ਜਿਹੜੇ ਉਸ ਰੋਟੀਸ਼ਨ ਵਾਈਜ਼ ਉੱਤੇ ਕੰਮ ਕਰਦੇ ਪਏ ਨੇ। ਮੇਰੀ ਤੁਹਾਡੇ ਰਾਹੀਂ ਬੇਨਤੀ ਹੈ ਜੀ ਬਲਬੀਰ ਸਿੰਘ ਸਿੱਧੂ ਨੂੰ ਜੀ, ਜਿਹੜੇ 108 ਵਾਲੇ ਚਾਹੇ ਉਹ ਗਵਰਨਮੈਂਟ ਆਫ ਇੰਡੀਆ ਦੇ ਮੁਲਾਜ਼ਮ ਨੇ ਜੀ, ਪਰ ਉਹ ਸਾਡੀ ਸੇਵਾ ਕਰਦੇ ਰਹੇ ਨੇ, ਉਹਨਾਂ ਨੂੰ ਪੀਪੀ ਕਿਟਸ ਜਿਹੜੀਆਂ ਨੇ ਜ਼ਰੂਰ ਦਿੱਤੀਆਂ ਜਾਣ। ਤੀਸਰੀ ਮੇਰੀ ਬੇਨਤੀ ਹੈ ਜੀ, ਸਾਡਾ ਸਿਵਲ ਹਸਪਤਾਲ ਆ ਜੀ, ਅੱਛਾ ਉੱਥੇ ਪ੍ਰਬੰਧ ਸਿੱਧੂ ਸਾਹਿਬ ਨੇ ਬਹੁਤ ਵਧੀਆ ਕੀਤਾ, ਇੱਕ ਵੀ ਵੈਂਟੀਲੇਟਰ ਨਹੀਂ ਸੀ ਹੈਗਾ ਜੀ। ਡਿੰਪਾ ਜੀ ਨੇ ਆਪਣੀ ਪੋਕਟ ਵਿੱਚੋਂ ਇੱਕ ਵੈਂਟੀਲੇਟਰ ਦਿੱਤਾ, ਪਰ ਉਸ ਵੈਂਟੀਲੇਟਰ ਦਾ ਫਾਇਦਾ ਕੋਈ ਨਹੀਂ ਜਦੋਂ ਉੱਥੇ ਕੋਈ ਐਨਸਥੀਜੀਆ ਵਾਲਾ ਨਹੀਂ ਹੈ ਜੀ, ਕੋਈ ਉਹਨੂੰ ਚਲਾਉਣ ਵਾਲਾ ਨਹੀਂ ਹੈਗਾ ਜੀ। ਹੋਰ ਵੀ ਪ੍ਰਬੰਧ ਜਿਹੜੇ ਉਹਦੇ ਕਰਨੇ ਚਾਹੀਦੇ, ਸਾਡੇ ਜਿਹੜਾ ਸਟਾਫ ਆ ਜੀ ਡਾਕਟਰ ਕੁਆਲੀਫਾਈਡ ਨੇ, ਉਹਨਾਂ ਨੂੰ ਥੋੜ੍ਹੀ ਬਹੁਤੀ ਟ੍ਰੇਨਿੰਗ ਦਿੱਤੀ ਜਾਵੇ ਤਾਂ ਜੋ ਕਿ ਵੈਂਟੀਲੇਟਰ ਚਲਾ ਸਕਣ ਜੀ। ਬਾਕੀ ਹੋਰ ਵੈਂਟੀਲੇਟਰ ਦੀ ਲੋੜ ਆ, ਮੈਂ ਸਿੱਧੂ ਸਾਹਿਬ ਨੂੰ ਬੇਨਤੀ ਕਰੂੰਗਾ ਵੀ 4 ਵੈਂਟੀਲੇਟਰ ਬਾਰੇ ਬੇਨਤੀ ਕੀਤੀ ਹੈ ਜੀ, ਉਹ ਵੈਂਟੀਲੇਟਰ ਪਲੱਸ ਐਨਐਸਸੀਜੇ ਦੇ ਜਿਹੜੇ ਡਾਕਟਰ ਦਿੱਤੇ ਜਾਣ, ਡਾਊਨ ਦਾ ਬਲੋਕ ਘੱਟ ਤੋਂ ਘੱਟ 3 ਡਾਕਟਰ ਹੋਣ, ਜੇ ਕਿ ਇਸ ਵੇਲੇ ਜੋ ਮਹਾਂਮਾਰੀ ਫੈਲੀ ਪਈ ਸਾਡਾ ਜ਼ਿਲ੍ਹਾ ਉਹ ਤੋਂ ਬਚ ਸਕੇ। ਔਰ ਜਿਹੜੀ ਹਾਂਜੀ ਸਰ, ਲਾਸਟ ਉਹ ਪੁਆਇੰਟ ਹੈ ਜੀ, ਸਾਡਾ ਅੱਜ ਜਿਹੜਾ ਮੰਡੀਆਂ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਜੀ, ਤੁਸੀਂ ਬਹੁਤ ਵਧੀਆ ਪ੍ਰਬੰਧ ਕੀਤੇ, ਜਿਹੜੀਆਂ ਕਿ ਕੱਚੀਆਂ ਮੰਡੀਆਂ ਬਣਾਤੀਆਂ ਨੇ,
पर एक मुश्किल है जी, जेडे जेडे पासेज मंदे ने जी किसानों ने जाने आड़तियां नूं, वो चंडीगढ़ तो जाते हैं जेडे सैक्टरी मार्केट कमेटी है जी, उन्होंने अलाउ करो जी वो पास जेडे बना के जिन्हें जिन्हें भी किसी नूं अपना देना चाहते हैं जी, किसी की 2 या 4 जो भी उन्होंने आड़ते मंडिया से बोरियां आदि उस हिसाब न जी वो मंडी मार्केट कमेटी या कोई एसटीएम जो दिता जाए जी। लास्ट में सर जो पिंड कोई जिस तरह सिक्की साहब ने गल की डॉक्टर नहीं होंगे जी, खास करके साडा रिमोट एरिया जी, ये जिन्ना चिर तक कर्फ्यू चलता जी मोबाइल वैन जो पिंडों पिंड भेजी जा डॉक्टर लैके जिथे कि वो एट द होम सर्विस जी उन्हें दी जाए, और जो हालात ठीक हो मेरी बेनती भी जो पिंड आर्मी बैठे उन्होंने 2-4-6 महीने ट्रेनिंग दे के जी वो जी खास करके कोई ढिड पीड़ होंगी किसी उल्टी आँगी वह जहाँ इलाज किया जाए। बहुत बहुत धन्यवाद जी, थैंक यू। सर, आई वॉन्ट टू मेक अनदर पॉइंट सर, साढ़े ना जी पिंड